ਵਾਹ ਠੀਕ ਹੈ। ਸਭ ਤੋਂ ਪਹਿਲੇ ਤਾਂ ਮੈਂ ਫਾਜ਼ਿਲਕਾ ਦੀ ਜਨਤਾ ਦਾ, ਸਾਡੇ ਸਾਰੇ ਮੀਡੀਆ ਭਾਈਚਾਰੇ ਦਾ ਔਰ ਡਾਕਟਰ ਬੀ ਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਸਾਹਿਬਾਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਜਿਨ੍ਹਾਂ ਨੇ ਹਰ ਪਲ ਹਰ ਕਦਮ ਜਿਹੜਾ ਇਹ ਸਾਥ ਦਿੱਤਾ। ਜਦੋਂ ਵੀ ਕੋਈ ਨਾ ਕੋਈ ਮੁਹਿੰਮ ਚਲਾਈ ਜਾਂਦੀ ਸੀ ਤਾਂ ਸਭ ਦੇ ਸਹਿਯੋਗ ਸਦਕਾ ਜਿਹੜੀ ਹੈ ਹਰੇਕ ਮੁਹਿੰਮ ਜਿਹੜੀ ਹੈ ਉਹ ਸਕਸੈਸਫੁਲ ਹੋਈ ਹੈ। ਬੜਾ ਮੋਟੀਵੇਸ਼ਨ ਦਿੱਤਾ ਗਿਆ ਔਰ ਉਹਦੇ ਸਦਕਾ ਹੀ ਜਿਹੜਾ ਹੈ ਸਾਨੂੰ 18 ਤਰੀਕ ਨੂੰ ਜਿਹੜਾ ਇਹ ਰਤਨ ਪੰਜਾਬ ਦੇ ਸਾਡੀ ਸੁਸਾਇਟੀ ਨੂੰ ਡਾਕਟਰ ਬੀ ਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਨੂੰ ਜਿਹੜਾ ਹੈ ਰਤਨ ਪੰਜਾਬ ਦੇ ਅਵਾਰਡ ਦਿੱਤਾ ਗਿਆ। ਔਰ ਮੈਂ ਦੱਸ ਦੇਵਾਂ ਕਿ ਇਹ ਅਵਾਰਡ ਜਿਹੜਾ ਹੈ ਸੋਸ਼ਲ ਇਹ ਕਹਿ ਲਈ ਕਿ ਸੁਸਾਇਟੀ ਦੇ ਵਿੱਚ ਕੀਤੇ ਜਿਹੜੇ ਚੰਗੇ ਕੰਮਾਂ ਕਰਕੇ ਇਹ ਜਿਹੜਾ ਅਵਾਰਡ ਦਿੱਤਾ ਗਿਆ ਔਰ ਇਹਦਾ ਜਿਹੜਾ ਸ਼੍ਰੇਅ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਇਹ ਸੁਸਾਇਟੀ ਦੇ ਮੈਂਬਰਸ ਨੂੰ ਵੀ ਜਾਂਦਾ ਹੈ ਔਰ ਹਰੇਕ ਮੁਹਿੰਮ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਜਨਤਾ ਦਾ ਸਹਿਯੋਗ, ਸਾਡੇ ਮੀਡੀਆ ਭਾਈਚਾਰੇ ਦਾ ਸਹਿਯੋਗ ਬੜਾ ਜ਼ਰੂਰੀ ਹੁੰਦਾ। ਤਾਂ ਉਹ ਜਿਹੜਾ ਟਾਈਮ ਟਾਈਮ ਸਾਨੂੰ ਮਿਲਦਾ ਰਿਹਾ, ਹਰ ਕਦਮ ਮਿਲਦਾ ਰਿਹਾ, ਤਾਂ ਉਹਦੀ ਤਾਂ ਮੈਂ ਕਦੀ ਵੀ ਨਹੀਂ ਕਹਿ ਸਕਦੀ ਕਿ ਮੈਂ ਕੋਈ ਦੇਣ ਦੇ ਸਕਦੀ ਹਾਂ, ਤਾਂ ਹਮੇਸ਼ਾ ਰਿੰਨੀ ਰਹਾਂਗੀ। ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਸੁਸਾਇਟੀ ਦੇ ਮੀਡੀਆ ਇੰਚਾਰਜ ਨੇ ਔਰ ਐਸ ਡੀ ਲਾਈਫ ਦੇ ਜਿਹੜੇ ਸੰਚਾਲਕ ਨੇ ਸੰਨੀ ਦੂਮੜਾ ਜੀ, ਤੀਰਥ ਜੀ, ਅੱਜ ਉਹਨਾਂ ਦਾ ਜਨਮ ਦਿਨ ਵੀ ਹੈ, ਤਾਂ ਸੁਸਾਇਟੀ ਦੇ ਮੈਂਬਰ ਵੀ ਨੇ ਔਰ ਇਹ ਕਹਿ ਲਈਏ ਕਿ ਜਿਵੇਂ ਸਾਨੂੰ ਇਹ ਅਵਾਰਡ ਮਿਲਿਆ ਤਾਂ ਸਾਡੀ ਡਿਊਟੀ ਹਰਿਆਣਾ ਦੇ ਉਚਾਨਾ ਵਿਧਾਨ ਸਭਾ 'ਚ ਲੱਗੀ ਹੋਈ ਸੀ ਤਾਂ ਸਾਨੂੰ ਨਾਲ ਦੀ ਨਾਲ ਉੱਥੇ ਜਾਣਾ ਪੈ ਗਿਆ, ਜਿਹਦੇ ਕਰਕੇ ਅਸੀਂ ਫਾਜ਼ਿਲਕਾ ਜਿਹੜੇ ਹੈ ਕੱਲ੍ਹ ਰਾਤ ਨੂੰ ਹੀ ਆਏ ਹਾਂ ਔਰ ਬਰਡੇ ਵੀ ਹੈ ਔਰ ਦੂਸਰਾ ਰਤਨ ਪੰਜਾਬ ਦੇ ਅਵਾਰਡ ਵੀ ਮਿਲਿਆ, ਤਾਂ ਉਹਦੇ ਸਾਡਾ ਪੂਰਾ ਇੱਕ ਜੀ ਸੀ ਕਿ ਅਸੀਂ ਇਹ ਬੱਚਿਆਂ ਦੇ ਨਾਲ ਮਨਾਈਏ। ਤਾਂ ਰੋਬਿਨ ਹੁੱਡ ਸੁਸਾਇਟੀ ਦੇ ਜਿਹੜੇ ਚਲਾ ਰਹੇ ਨੇ ਤਾਂ ਉਹਨਾਂ ਦੇ ਇੱਥੇ ਬੱਚੇ ਨੂੰ ਉਹ ਸ਼ਨੀਵਾਰ ਅਤੇ ਐਤਵਾਰ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਵੀ ਨੇ, ਤਾਂ ਉਹਨਾਂ ਦੇ ਨਾਲ ਬੱਚਿਆਂ ਦੇ ਨਾਲ ਔਰ ਸਾਰੀ ਸੁਸਾਇਟੀ ਦੇ ਮੈਂਬਰਸ ਦੇ ਨਾਲ ਅਸੀਂ ਜਿਹੜਾ ਆਪਣਾ ਇਹ ਖਾਸ ਦਿਨ ਰਤਨ ਪੰਜਾਬ ਦੇ ਅਵਾਰਡ ਨੂੰ ਅਤੇ ਸਾਡੇ ਸੰਨੀ ਜੀ ਦਾ ਜਨਮ ਦਿਨ ਜਿਹੜਾ ਇੱਥੇ ਮਨਾਉਣ ਆਏ ਹਾਂ, ਤਾਂ ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਸਭ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਔਰ ਸਾਨੂੰ ਜਿਹੜਾ ਹੈ ਹਮੇਸ਼ਾ ਤੁਸੀਂ ਪਿਆਰ ਸਪੋਰਟ ਅਤੇ ਸਹਿਯੋਗ ਦਿੰਦੇ ਰਹੋ ਔਰ ਤੁਹਾਡੇ ਸਹਿਯੋਗ ਸਦਕਾ ਤੁਹਾਡੇ ਸਪੋਰਟ ਸਦਕਾ ਹੀ ਜਿਹੜਾ ਹੈ ਸੁਸਾਇਟੀ ਜਿਹੜਾ ਹੈ ਇਸ ਤਰ੍ਹਾਂ ਦੇ ਕੰਮ ਜਿਹੜੇ ਖੇਤਰ ਦੇ ਵਿੱਚ ਕਰ ਰਹੀ ਹੈ। ਸਾਡੀ ਸੁਸਾਇਟੀ 'ਚ ਅਜੇ ਮੈਂਬਰ ਨੇ ਸਾਰੇ ਉਹ ਪੈਸਾ ਵੀ ਦਿੰਦੇ ਨੇ ਅਤੇ ਨਾਲ ਟਾਈਮ ਵੀ ਦਿੰਦੇ ਨੇ। ਇਹ ਇਹਦਾ ਸਾਨੂੰ ਬਹੁਤ ਬਹੁਤ ਇਹਨਾਂ ਦਾ ਜੋ ਵੀ ਸਾਡੇ ਅੰਕਲ ਨੇ ਬਖਸ਼ੀਸ਼ ਅੰਕਲ ਜੀ ਅਤੇ ਰਾਜਨ ਜੀ ਨੇ, ਅਰੁਣ ਜੀ ਨੇ ਅਤੇ ਸੰਨੀ ਜੀ ਨੇ, ਜਿਨ੍ਹਾਂ ਦਾ ਵੀ ਨਾਮ ਲਵਾਂ, ਰੋਬਿਨ ਜੀ ਨੇ, ਚਾਹੇ ਨਿਸ਼ੂ ਜੀ ਨੇ ਦੁਕਾਨ ਆਪਣੇ ਦੁਕਾਨ ਤੋਂ ਬਿਜ਼ੀ ਹੋਣ ਦੇ ਸ਼ਡਿਊਲ 'ਚੋਂ ਵੀ ਕੱਢਦੇ ਨੇ, ਟਾਈਮ ਕੱਢਦੇ ਨੇ, ਸੁਭਾਸ਼ ਜੀ ਨੇ, ਰਾਜਵੀਰ ਜੀ ਨੇ, ਅਤੇ ਇਹਦੇ ਨਾਲ ਪੈਸੇ ਦੀ ਇਨਵੈਸਟਮੈਂਟ ਤਾਂ ਸੁਸਾਇਟੀ 'ਚ ਕਰਦੇ ਵੀ ਨੇ ਅਤੇ ਨਾਲ ਟਾਈਮ ਵੀ ਕੱਢਦੇ ਨਾਲ। ਇਹ ਕਹਿ ਸਕਦੇ ਕਿ ਪ੍ਰੈਜ਼ੀਡੈਂਟ ਤੋਂ ਲੈ ਕੇ ਸਾਡੇ ਐਗਜ਼ੀਕਿਊਟਿਵ ਮੈਂਬਰ ਤੱਕ ਸਾਰੇ ਦੇ ਸਾਰੇ ਜਿਹੜੇ ਨੇ ਐਕਟਿਵ ਮੈਂਬਰ ਤੌਰ ਤੇ ਕੰਮ ਕਰ ਰਹੇ ਨੇ, ਸਾਰੇ ਕੱਢਦੇ ਨੇ। ਕਈ ਕਹਿੰਦੇ ਨੇ ਟਾਈਮ ਕੱਢਣਾ ਬੜੇ ਮੁਸ਼ਕਿਲ ਆਈ ਦੀ ਡੇਟ 'ਚ, ਪੈਸਾ ਤਾਂ ਬਹੁਤ ਸੌਖਾ ਦੇਣਾ ਪਰ ਟਾਈਮ ਕੱਢਣਾ ਬਹੁਤ ਔਖਾ, ਪਰ ਸਾਡੇ ਸੰਦੀਪ ਜੀ ਨੇ, ਭਾਵੇਂ ਭੈਣ ਜੀ ਨੇ ਸਾਡੇ, ਅਤੇ ਸਾਰੇ ਤਤਪਰ ਰਹਿੰਦੇ ਨੇ।